ਕਛੇ ਦੀਪ ਸਿੱਧੂ ਉਹ ਨਵਾਂ ਆਰਟਿਸਟ ਮੁੰਡਾ ਹੈਗਾ ਬੜੀਆਂ ਵਿਵਾਖ ਹੋ ਕੇ ਗੱਲਾਂ ਕਰਦਾ ਹੈਗਾ ਪੰਜਾਬ ਦੇ ਦਰਦ ਵੀ ਹੈ ਜਿਹੜਾ ਉਹਦੀ ਜ਼ੁਬਾਨ ਚੋਂ ਝਲਕਦਾ ਤੁਸੀਂ ਕਿਵੇਂ ਦੇਖਦੇ ਹੋ ਦੀਪ ਸਿੱਧੂ ਬਾਰੇ ਕੀ ਖਿਆਲ ਹੈ ਤੁਹਾਡਾ ਮੈਨੂੰ ਅੱਜ ਤੋਂ 5 ਦਿਨ ਪਹਿਲਾਂ ਫੋਨ ਆਇਆ ਸੀ ਭਾਈ ਜੀ ਤੁਸੀਂ ਜ਼ਰੂਰ ਆਉਣਾ ਹੈ ਸ਼ੰਭੂ ਬਾਰਡਰ ਤੇ ਮੈਂ ਕਿਹਾ ਮੈਂ ਜ਼ਰੂਰ ਆਉਂਗਾ ਅੱਜ ਤਾਂ ਮੈਂ ਚੱਲਿਆ ਮੋਗੇ 4 ਤਰੀਕ ਦੀ ਗੱਲ ਹੈ ਤੈਨੂੰ ਫੋਨ ਆਇਆ ਸੀ 4 ਨੂੰ ਮੋਗੇ ਆ ਸੀ ਮੈਂ ਕਿਹਾ ਮੋਗੇੋਂ ਮੁੜਦਾ ਹੋਇਆ ਤੈਨੂੰ ਤੇਰੇ ਕੋਲ ਆਉਂਗਾ ਮੈਂ ਮੋਗਿਓ ਚੱਲ ਪਿਆ ਮੈਨੂੰ ਕਹਿੰਦੇ ਬਾਈ ਜੀ ਦੇਰ ਹੋ ਗਈ ਮੈਂ ਕਹਿੰਦਾ ਨਹੀਂ ਵੀ ਮੈਂ ਕਮਿਟਮੈਂਟ ਕੀਤੀ ਹੋਈ ਹੈ ਮੈਂ ਦੀਪ ਸਿੱਧੂ ਨੇ ਮੈਨੂੰ ਫੋਨ ਕੀਤਾ ਤੇ ਮੈਂ ਜਾਣਾ ਜ਼ਰੂਰ ਹੈ ਤੇ ਮੈਂ ਦੋ ਤਿੰਨ ਵਾਰੀ ਕਿਹਾ ਮੈਂ ਕਿਹਾ ਬੇਟਾ ਜੇ ਮੈਂ ਲੇਟ ਆ ਜਾ ਕੋਈ ਫਰਕ ਤਾਂ ਨਹੀਂ ਕਹਿੰਦੇ ਜੀ ਕੋਈ ਫਰਕ ਨਹੀਂ ਤੁਸੀਂ ਆ ਜਿਓ ਮੈਂ ਜੀ ਉਸ ਤੋਂ ਬਾਅਦ ਜਰਾਹ ਚ ਸੀਗਾ ਮੈਂ ਇੱਕ ਟੈਲੀਫੋਨ ਦੋ ਟੈਲੀਫੋਨ ਪੰਜ ਟੈਲੀਫੋਨ 10 ਟੈਲੀਫੋਨ 20 ਟੈਲੀਫੋਨ ਕੀਤੇ ਮੇਰਾ ਫੋਨ ਨਾ ਕੋਈ ਚੱਕੇ ਅਸੀਂ ਲਿਟਰਲੀ ਅੰਬਾਲੇ ਸ਼ੰਭੂ ਬਾਰਡਰ ਤੋਂ ਕੋਈ ਮੇਰਾ ਮੀਲਕ ਪਿੱਛੇ ਰਹਿ ਕੇ ਮੈਂ ਯਾਰ ਗੱਡੀ ਖੜੀ ਕਰ ਕੋਈ ਗੱਲ ਉਹ ਆਪਾ ਜਾਈਏ ਆਪਾਂ ਨੂੰ ਕੋ ਰਸੀਵ ਕਰਨੀ ਨਾ ਆਵੇ ਆਪ ਨੂੰ ਮਿਲਣੇ ਆਵੇ ਅਲਟੀਮੇਟਲੀ ਜੀ ਮੇਰੀ ਉਹ ਮੈਨੇਜਰ ਹੈ ਪ੍ਰਵੀਨ ਅਖਤਰ ਉਹਨੇ ਫੋਨ ਕੀਤਾ ਕੋਈ ਉਥੇ ਬੰਦਾ ਹੈਗਾ ਜਿਹੜਾ ਰੇਲ ਚਲਾਉਂਦਾ ਹੈ ਡਰਾਈਵਰ ਰੇਲ ਡਰਾਈਵਰ ਉਹਨੂੰ ਫੋਨ ਕੀਤਾ ਉਹ ਕਹਿੰਦਾ ਜੀ ਮੈਂ ਤੁਹਾਡੀ ਹੁਣੇ ਗੱਲ ਕਰਾਉਣਾ ਕਿਉਂਕਿ ਹੀ ਵਾਸ ਪਾਰਟ ਆਫ ਦੀ ਆਰਗੇਨਾਈਜੇਸ਼ਨ ਉਹਨੇ ਗੱਲ ਕਰਾਈ ਤੇ ਉਹ ਦੀਪ ਨੂੰ ਮੇਰੀ ਮੈਨੇਜਰ ਨੇ ਕਿਹਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਵੀ ਤੁਸੀਂ ਉਸ ਬੰਦੇ ਨੂੰ ਬੁਲਾਇਆ ਹੈ ਤੇ ਤੁਹਾਨੂੰ 20 ਟੈਲੀਫੋਨਾਂ ਨੇ ਕਰਦੇ ਸੀ ਫੋਨ ਨਹੀਂ ਚੱਕਿਆ ਹੋਇਆ ਦੀਪ ਨੇ ਮੈਨੂੰ ਫੋਨ ਕੀਤਾ ਬਾਈ ਜੀ ਇੱਥੇ ਐ ਹੋ ਗਿਆ ਜੀ ਇੱਥੇ ਲੜਾਈ ਹੋ ਗਈ ਜੀ ਇੱਥੇ ਡਾਂਗਾ ਚੱਲ ਪਿਆ ਇੱਥੇ ਆਪਰ ਲੜ ਪਏ ਸੀ ਜੀ ਤੂੰ ਤੂੰ ਮੈਂ ਮੈਂ ਹੋ ਗਈ ਫਲਾਣਾ ਮਾਹੌਲ ਬੜਾ ਖਰਾਬ ਹੋ ਗਿਆ ਸੀ ਹੁਣ ਵੀ ਮੈਂ ਉੱਥੇ ਖੜਾ ਫਲਾਣਾ ਧਮਕਾ ਮੈਂ ਕੋਈ ਗੱਲ ਨਹੀਂ ਤੂੰ ਘਬਰਾ ਨਾ ਜਦ ਤੈਨੂੰ ਲੋੜ ਹੋ ਗਈ ਤੂੰ ਮੈਨੂੰ ਬੁਲਾ ਲਈ ਠੀਕ ਮੈਂ ਜਦ ਵੀ ਮੈਨੂੰ ਕੋਈ ਬੁਲਾਊਗਾ ਮੈਂ ਜਾਊਂਗਾ ਉਹ 13 ਤਰੀਕ ਦਾ ਮੁਕਸਰ ਦਾ ਪ੍ਰੋਗਰਾਮ ਬਣਦਾ ਮੈਂ ਕਿਹਾ ਵੀ ਐ ਕਰੋ ਸਾਰੇ ਖਿਡਾਰੀ ਸਾਰੇ ਇਕੱਠੇ ਹੋ ਸੋ ਇਹਨਾਂ ਨੇ ਬੁਲਾਇਆ ਹੁਣ ਦੀਪ ਸੁਧਾਣਾ ਜਾਣੇ ਜਾਂ ਜਿਹੜੇ ਨਾਲ ਦੇ ਬੰਦੇ ਹੈਗੇ ਸਿੰਘਰੇ ਜਾਣੇ ਪਰ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹਿਣਾ ਵੀ ਇੱਕ ਜਗ੍ਹਾ ਇਕੱਠੇ ਹੋ ਕੇ ਟੁੱਟੋ ਨਾ ਜੇ ਹੁਣ ਕੀ ਹੋਣਾ ਦੇਖੋ ਆ ਹੁਣ ਜੋ ਕੁਝ ਹੋ ਰਿਹਾ ਇਹਦੇ ਵਿੱਚ ਨਾ ਜਿਵੇਂ ਅੱਤਵਾਦ ਸ਼ੁਰੂ ਹੋਇਆ ਸੀ ਦਾੜੀਆਂ ਰੱਖ ਕੇ ਗਾਤਰੇ ਰੱਖ ਕੇ ਤੇ ਲੋਕੀ ਵਿੱਚ ਵਾਰਦੇ ਸੀ ਤੇ ਉਹ ਮਾੜੇ ਕੰਮ ਕਰਨ ਲੱਗੇ ਤੇ ਉਹ ਅੰਦੋਲਨ ਫੇਲ ਹੋ ਗਿਆ ਇਸੇ ਤਰ੍ਹਾਂ ਹੁਣ ਹੋਊਗਾ ਵਿੱਚ ਮਾੜੇ ਬੰਦੇ ਵੜਨਗੇ ਤੂੰ ਤੂੰ ਮੈਂ ਮੈਂ ਹੋਊਗੀ ਇੱਕ ਦੂਜੇ ਨਾਲ ਕੁੱਟਮਾਰ ਹੋਊਗੀ ਇੱਕ ਦੂਜੇ ਦੀਆਂ ਪੱਗਾਂ ਲੱਥਣਗੀਆਂ ਇੱਕ ਦੂਜੇ ਦੇ ਦਾੜੇ ਪੱਟਣਗੇ ਇਹ ਗਵਰਨਮੈਂਟ ਨੇ ਕਰਾਉਣਾ ਹੈ ਇਹ ਗਵਰਨਮੈਂਟ ਹੁਣ ਕਰਾਊਗੀ ਤਗੜੇ ਰਹੋ ਜੇ ਮੇਰੀ ਬਲੰਦਵਾਚ ਗੱਲ ਸੁਣ ਲਿਓ ਹੁਣ ਤੁਹਾਡੇ ਚ ਲੋਕ ਆਉਣਗੇ ਤੁਹਾਡੇ ਜਿੱਥੇ ਉਹਨਾਂ ਲੱਗੂਗਾ ਵੀ ਇੱਥੇ ਬਹੁਤ ਜਲਸਾ ਇੱਥੇ ਖਤਰਾ ਹੈ ਉੱਥੇ 50 ਬੰਦੇ ਭੇਜਣਗੇ ਤੂੰ ਤੂੰ ਮੈਂ ਮੈਂ ਪਹਿਲਾਂ ਕਰਨਗੇ ਫੇ ਲੜਾਈ ਹੋਊਗੀ ਫਿਰ ਆਪਸ ਹੁਣ ਆਪਸ ਲੜਾਉਣਗੇ ਤੇ ਪੰਜਾਬੀ ਆਪਸ ਲੜਨ ਨੂੰ ਬਹੁਤ ਦਿੱਖੇ ਨਹੀਂ ਉਹ ਤੁਹਾਨੂੰ ਪਤਾ ਹੀ ਆ ਆ ਤੁਹਾਡੇ ਸਾਹਮਣੇ ਆ ਪੰਜ ਦਿਨ ਪਹਿਲਾਂ ਮੈਂ ਕਿਹਾ ਸੀ ਮੈਂ ਕਿਹਾ ਇਹ ਸਾਰੇ ਨੇ ਟੁੱਟ ਜਾਣਾ ਤੇ ਪਰਸੋ ਖਬਰ ਆਈ ਕਿ ਲਓ ਜੀ ਸਾਰੇ ਅਲੱਗ-ਅਲੱਗ ਹੋ ਗਏ ਅੱਜ ਪਤਾ ਲੱਗਿਆ ਥੋਤੋ ਹੀ ਕਾਕੇ ਨੇ ਦੱਸਿਆ ਵੀ ਆਪਣੇ ਕੈਮਰਾਮੈਨ ਨਾਲੇ ਨੇ ਤੁਹਾਡੇ ਸਾਹਮਣੇ ਵੀ ਅੱਜ ਇਕੱਠੇ ਹੋ ਕੇ ਸ਼ਾਇਦ ਇੱਕ ਜਗ੍ਹਾ ਫਿਰ ਚਲੇ ਗਏ ਨੇ ਉਹ ਤੇ ਸ਼ੰਭੂ